ਇਹਨੇ ਪਿਆਰ ਕਰਨ ਵਾਲੇ ਸਾਸਨ ਜੀ ਸਭ ਤੋਂ ਪਹਿਲਾਂ ਹਦੇ ਆ ਜੀ ਰਬਾਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਕੋਟੀ ਕੋਟ ਧੰਨਵਾਦ ਵੀ ਕਰਦਾ ਕਿ ਤੁਸੀਂ ਜੀਵਨ ਤੋਂ ਲੈ ਕੇ ਅੱਜ ਤਕਰੀਬਨ 483 ਦਿਨ ਵੀ ਸੁੱਕਿਆ ਕਰਨਾ ਹੋਈ ਨਾ ਔਰ ਤੁਸੀਂ ਉਸੇ ਤਰ੍ਹਾਂ ਹੀ ਅੱਜ ਤੱਕ ਵੀ ਪਰਿਵਾਰ ਦੇ ਨਾਲ ਜੁੜੇ ਹੋਏ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਬਾਕੀ ਤੁਹਾਡੇ ਮਨ ਦੇ ਵਿੱਚ ਇੱਕ ਸੁੱਤਾ ਬਣੀ ਰਹਿੰਦੀ ਹੈ ਜਾਣਨ ਦੇ ਲਈ ਵੀ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਆਏ ਹਫ਼ਤੇ ਸੰਗਤ ਬਦਲ ਜਾਂਦੀ ਹੈ ਅਤੇ ਆਪਣੇ ਉੱਪਰ ਗੱਲਾਂ ਤਕਰੀਬਨ 1.25 ਸਾਲ ਤੋਂ ਉਹੀ ਨੇ ਜੋ ਆਪਾਂ ਸਾਰੀ ਸੰਗਤ ਜਿੰਨੀ ਵੀ ਆਉਂਦੀ ਹੈ ਉਹਦੇ ਨਾਲ ਕਰਦੇ ਰਹਿੰਦੇ ਹਾਂ ਜਸਟਿਸ ਦੀ ਪ੍ਰਕਿਰਿਆ ਵੀ ਉਹੀ ਹੈ ਅਦਾਲਤਾਂ 'ਤੇ ਆਪਾਂ ਨੂੰ ਭਰੋਸਾ ਹੈ ਉਮੀਦ ਬਣੀ ਹੋਈ ਹੈ ਸਲੋ ਚੱਲਦਾ ਪਰ ਚੱਲ ਰਿਹਾ ਔਰ ਜਿਹੜੀ 5 ਤਰੀਕ ਹੈ ਆਪਣੀ ਅਗਲੇ ਮਹੀਨੇ ਦੀ 5-10 ਉਹ ਆਪਣੀ ਤਰੀਕ ਪਈ ਹੋਈ ਹੈ ਅਗਲੇ ਕੇਸ ਦੀ ਜਿਹੜਾ ਸਰਕਾਰ ਦਾ ਰਵੱਈਆ ਹੈ ਉਹ ਉਹੀ ਹੈ ਕਲਮਤਾ ਜਿਹੜੀਆਂ ਗੱਲਾਂ ਆਪਾਂ 1.25 ਸਾਲ ਤੋਂ ਮੰਗਦੇ ਆ ਰਹੇ ਹਾਂ ਸਕਿਉਰਿਟੀ ਲੀਕ ਕਰਨ ਵਾਲੇ ਵਿਅਕਤੀਆਂ ਦੇ ਉੱਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਦੀ ਜਵਾਬਦਾਰੀ ਹੋਣੀ ਚਾਹੀਦੀ ਹੈ ਕਿਸੇ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਪਰੰਤੂ ਸਰਕਾਰ ਕਸ ਤੋਂ ਮਸ ਨਹੀਂ ਜੋ ਮਾਨਯੋਗ ਹਾਈ ਕੋਰਟ ਨੇ ਤੋਂ ਐਕਸ਼ਨ ਲਿਆ ਹਾਈ ਕੋਰਟ ਨੇ ਵੀ ਸਰਕਾਰ ਨੂੰ ਪੁੱਛਿਆ ਵੀ ਭਾਈ ਜਿਹੜੀ ਲਾਰੈਂਸ ਦੀ ਵੀਡੀਓ ਤੁਹਾਡੀ ਕਸਟਡੀ ਦੇ ਦੌਰਾਨ ਬਣੀ ਹੈ ਇਹਦਾ ਕੀ ਸਟੇਟਸ ਹੈ ਇਹਦਾ ਕੀ ਮੰਤਵ ਹੈ ਕਾਹਦੇ ਲਈ ਬਣੀ ਗਈ ਕਿਹੜੇ ਅਫਸਰ ਜ਼ਿੰਮੇਵਾਰ ਹੈ ਤਾਂ ਸਰਕਾਰ ਨੇ ਬੜੀ ਚਲਾਕੀ ਦੇ ਨਾਲ ਇੱਕ ਸਿੱਟ ਦਾ ਗਠਨ ਕਰ ਦਿੱਤਾ ਜਿਹਨੂੰ ਅੱਜ 6 ਮਹੀਨੇ ਹੋ ਗਏ ਉਹ ਸਿੱਟ ਦੀ ਅੱਜ ਤੱਕ ਕੋਈ ਰਿਪੋਰਟ ਨਹੀਂ ਆਈ ਔਰ ਨਾ ਹੀ ਮੈਨੂੰ ਸਰਕਾਰ ਇਸ ਮਾਮਲੇ 'ਤੇ ਗੰਭੀਰ ਲੱਗਦੀ ਹੈ ਵੀ ਉਹਦੀ ਸਿੱਟ ਦੀ ਕੋਈ ਰਿਪੋਰਟ ਆਉਣ ਦੀ ਅਗਲੇ ਸਮੇਂ ਦੇ ਵਿੱਚ ਵੀ ਕੋਈ ਸੰਭਾਲ ਤਾਂ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਲੋਕਾਂ ਨੂੰ ਅਸੀਂ ਇੰਨੀਆਂ ਉਮੀਦਾਂ ਦੇ ਨਾਲ ਸੁਣ ਕੇ ਭੇਜਿਆ ਵੀ ਉਹ ਕਦੇ ਤਾਂ ਸਾਡੀ ਗੱਲ ਕਰਨਗੇ ਜਾ ਕੇ ਸਾਰੇ ਦੇ ਸਾਰੇ ਚੁੱਪ ਨੇ ਕਿਸੇ ਵੱਲੋਂ ਕਿਸੇ ਕਿਸਮ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਾ ਰਹੀ ਹੁਣ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਈ ਜਾਂਦੇ ਆ ਇਵੇਂ ਤਿਵੇਂ ਆਪਣੇ ਗਾਓਂ ਲਾ ਕੇ ਸੈਂਟਰ ਦੀ ਗੱਲ ਪਾਉਣ ਦੀ ਕੋਸ਼ਿਸ਼ ਕਰਦੇ ਆ ਸੈਂਟਰ ਸਟੇਟ ਦੇ ਗੱਲ ਪਾਉਣ ਦੀ ਕੋਸ਼ਿਸ਼ ਕਰਦੇ ਆ ਪਰੰਤੂ ਪੀੜਤ ਪਰਿਵਾਰ ਉੱਥੇ ਦੇ ਉੱਤੇ ਖੜੇ ਆ ਤੁਹਾਡੇ ਜਾਣਕਾਰੀ 'ਚ ਹੋਣਾ ਮੋਗੇ ਕਤਲ ਹੋ ਗਿਆ ਉਹਦਾ ਹਾਲੇ ਤੱਕ ਸੰਸਕਾਰ ਨਹੀਂ ਹੋਇਆ ਉਹ ਪਰਿਵਾਰ ਸੰਤੁਸ਼ਟ ਨਹੀਂ ਸੰਸਕਾਰ ਇਸੇ ਕਰਕੇ ਨਹੀਂ ਹੋ ਰਿਹਾ ਉਸ ਤੋਂ ਬਾਅਦ ਕਪੂਰਥਲੇ ਇੱਕ ਲੜਕੀ ਦੀ ਬੜੀ ਬੇਰਹਿਮੀ ਦੇ ਨਾਲ ਵਰਤੋਂ ਕਰ ਦਿੱਤੀ ਗਈ ਹਾਲੇ ਉਹ ਪਰਿਵਾਰ ਨੇ ਸੰਸਕਾਰ ਨਹੀਂ ਕੀਤਾ ਉਹ ਆਪਦੇ ਨੌਜਵਾਨ ਪਤਨੀ ਲਾਸ਼ ਨਹੀਂ ਵੇਖਿਆ ਕਾਰਨ ਦੋ ਵੀ ਰਹੇ ਹੋਣ ਪਰੰਤੂ ਸਾਡੀ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਹਾਲਤ ਹੈ ਬੇਹੱਦ ਤਰਸਯੋਗ ਬਣੀ ਹੋਈ ਹੈ ਪਤਾ ਨਹੀਂ ਸਾਡੀ ਇਨਸਾਨੀਅਤ ਜਿਹੜੇ ਅਸੀਂ ਪੰਜਾਬੀ ਇੱਕ ਭਾਈਚਾਰੇ ਕਰਕੇ ਖੁੱਲ੍ਹੇ ਦਿਲਾਏ ਜਾਣੇ ਜਾਂਦੇ ਸੀ ਅਸੀਂ ਇੰਨੇ ਕਿਉਂ ਉਮਰ ਗਏ ਹੈ ਅਸੀਂ ਛੋਟੀ ਮੋਟੀ ਗਲਤੀ ਦੇ ਉੱਤੇ ਇੰਨੀ ਬੇਰਹਿਮੀ ਦੇ ਨਾਲ ਕਤਲ ਕਰ ਦਿੰਦੇ ਹਾਂ ਕਤਲ ਤੋਂ ਛੋਟੀ ਸਜ਼ਾ ਸਾਨੂੰ ਪਸੰਦ ਹੀ ਨਹੀਂ ਚਲੋ ਤੁਹਾਡੇ ਮਤ ਭੇਦ ਹੈ ਕਿਸੇ ਦੇ ਕੋਈ 7 ਪਿੰਡ ਮਾਰਤੀ ਤੁਹਾਡਾ ਗੁੱਸਾ ਢਾਲਾ ਨਹੀਂ ਹੋਇਆ ਚਾਰ ਬੰਦਿਆਂ 'ਚ ਵੀ ਬੇਨਤੀ ਕਰਤੀ ਤੁਹਾਡਾ ਗੁੱਸਾ ਢਾਲਾ ਨਹੀਂ ਹੋਇਆ ਔਰ ਤੁਸੀਂ ਮਾਰ ਕੇ ਹੀ ਗਾਉਣ ਲੈਂਦੇ ਹੋ ਪਰੰਤੂ ਤੁਸੀਂ ਕਦੇ ਇਹ ਨਹੀਂ ਵੇਖਿਆ ਜਦੋਂ ਕਿਸੇ ਦਾ ਕੋਈ ਨੌਜਵਾਨ ਉੱਥੇ ਜਾਂਦਾ ਤਾਂ ਕਿੱਡਾ ਵੱਡਾ ਗੈਪ ਪੈਦਾ ਹੁੰਦਾ ਉਹ ਬਜ਼ੁਰਗ ਉਹ ਪਰਿਵਾਰ ਕਿੰਨੇ ਰਿਸ਼ਤੇ ਇੱਕ ਮੌਤ ਸਮੇਟ ਕੇ ਤੁਰ ਜਾਂਦੀ ਹੈ ਕਿਸੇ ਭੈਣ ਦਾ ਭਰਾ ਜਾਂਦਾ ਕਿਸੇ ਮਾਂ ਦਾ ਪੁੱਤ ਜਾਂਦਾ ਕਿਸੇ ਦਾ ਪੋਤਾ ਜਾਂਦਾ ਭੂਆ ਪੋਪੀ ਮਾਮੇ ਕਿੱਥੋਂ ਤੱਕ ਕਿੰਨੀਆਂ ਆਂਦਰਾਂ ਨੂੰ ਵਿੱਚ ਪੈਂਦੇ ਕਦੇ ਤੁਸੀਂ ਅੰਦਾਜ਼ਾ ਨਹੀਂ ਲਾਇਆ ਇਸ ਗੱਲ ਦਾ
क्योंकि जिहड़ा बंदा भोगदा है उसे बंदे नूं इस गल दा पता नहीं, पता नहीं सरकारां गंभीर नहीं हैगियां इस मामले दे उत्ते। मैं तुहाडे नाल गल्लां इह दिल दीआं तां करदा, सरकार ते इस गल दा कोई असर नहीं होना। मैं जिन्ना मर्जी बोली जावां, मैं सवा साल तों बोली जाणा, मैं तुहानूं तां कहिंदा तुसीं सारे समझदार हो, सारे सोशल मीडिया यूज करते हो, सारे पल पल का संसार से की हो रहा, तो तुम सारी जानकारी रखते हो, परंतु मैं तुहाडे सामने गल्लां तां रखदा। देखो साडी भारत सरकार ने एक एडवाइजरी जारी की है, उन्हें सोशल मीडिया नूं मीडिया नूं हदायत की है भी जिहड़े क्रिमिनल परसन ने जिहड़े जुर्म की दुनिया नाल ताल्लुक रखते हैं उन्हां दी इंटरव्यू या उन्होंने जो मुलाकात है वह चैनलों के उत्ते ना चलाई जा। बड़ा वधिया फैसला है, एडवाइजरी लागू होगी तो चंगी गल है। जो जे सब भड़काउंदे आ किसी बंदे नूं तां नहीं चलनी चाहिए, हटाती है, बहुत वधिया काम कीता। उहदी इंटरव्यू दो दिनों के बाद जिहड़ा उत्थों रिमूव कर दिती गई यूट्यूब तों, सोशल मीडिया तों हटा दिती गई है, चंगी गल है। परंतु नाल ही लॉरेंस की 10 मिलियन ग्रॉस कर गई वो यूट्यूब से अज तक चल रही है। मेरे बेटे ने SYL गाना गाता 24 घंटे के अंदर यूट्यूब तो रिमूव करता और लॉरेंस की वीडियो अज तक चल रही है, एक नहीं दो चल रही है, तीजी गुजरात वाली भी सारा जो सोशल मीडिया जुटे पाता। इस तरह क्यों बखरेवा असं नहीं करते? मेरी अपनी जिंदगी का गोल्डन टाइम, सारी नौजवानी मैं फौज के लेखे ला के आया, सानू परिभाषा ना देने से मजबूर करो भी असं देश भगत हाँ। साड़ी जिंदगी दसदी है कंगम होकर फौज तो करे आया, मैं सर्टिफिकेट देना पड़ूगा भारतीय। ये जो जो जरा बलवा थोड़े सोशल मीडिया के उत्ते सरगर्म होया, सरकार को चाहिए ना नत्थ पानी चाहिए है, एक बिच दौ 100 भकाई मारिया का तमाम सिखा के खिलाफ बोली जाए। वो ठीक है, बिच बंदे हो गए जिन्हों तो मुलराज है कनेडा के नाल नजिठा, तुम जितो प्रधानमंत्री ने हाउस ऑफ कॉमन के बयान दिता तुम जो प्रधानमंत्री जाने उन्होंने फॉरन डिपार्टमेंट जाने मेरे वर्गे की आगे चक चक के बयान दे जाते हैं। दो तरह के दो प्रधानमंत्री की गल है, लेकिन मिल लेंगे आम बंदा हरेक जिसे को मैक आ गया जो तो कुछ बोली जाता है कि असि भुल गए हैं। साढ़े लखा सवा लख बंदा PR हो जाता कनेडा के, साढ़े अपने साडे रिश्ते साढ़े बच्चे उतों तक उन्होंने धरतिया के नाल संबंधित ने, ना सानू भारत बिना सड़े ना सानू कनेडा बिना सड़े, सानू सोच समझ के बोलना चाहिए। रत्न पैदा ना करो हालातों के बीच, जबकि तुम अपनी धरती से की कर रहे हो, लॉरेंस के नाल तुहाडी काहदी सांझ है? जब तुम चाहते हो तो असं लॉरेंस को अगे रख के डरा लाँगे, असं पुत खोलिया आप रस्ते से तुर जाएंगे, असं किसी को डरन वाले नहीं है, ना ही सानू साडे पुरखों ने डरना सिखाया किसी गल तो। असं प्यार बनते हैं, सानू हिंदू भी उन्ना प्यारा, सानू मुसलमान भी उन्ना प्यारा, सानू ईसाई भी उन्ना प्यार है, सानू साडे पुरखों ने प्यार करना सिखाया, हमदर्दी सिखाई है, वेले दो सुख के किसी के काम आना सिखाया है, नफरत करनी सारे धर्म के नहीं लिखी और ना ही असं करते हैं। तुम चैनलों के उत्ते जो मूँह आया बोली जाने वो कंगना रवाना होता और इस किसानी संघर्ष के बोलिए तुम बच नहीं सकते हो भाई क्यों फिरकिया के पाइया साड़ी महानता इस गल के साथ सारे धर्म सारे बड़े खुशी खुशी सारे देश के रह रहे बाकी कंट्री भी रह रहे क्यों अग पाई जाओ यार तुम वोटा लेनी है सीधिया लड़ो विकास के नाम से लड़ो इलैक्शन जो भी थी जितो जी सड़के राज करो सू कोई दिक्कत नहीं है बेल लगी इसे नफरत मेरा घर साड़िया उस नफरत का शिकार वो जो नवा मुंडा शुभ है जोड़ा है ये गलत कहता जरू ने सारे वो पिछे पै गए प्रोग्राम बंद करते किसी के आही कुछ साढ़े ना हों आही कुछ साढ़े ना हों साडे पासपोर्टा दे LOC ला देनी उस बाद कदे कोई लिंका कदे किसी थाने सड़ते परचा कर देना कदे किते कर देना की गलत सी उसे सारिया ने शुभ दीप के गाने सुने किसी गाने के अंदर की गलत है कदे नशे को प्रमोट किया हो किसी धी भैन के नंगेज़ को प्रमोट किया हो
ਤੁਸੀਂ ਸਾਰੇ ਹੱਥ ਖੜਾ ਕਰਕੇ ਵੀ ਦੱਸ ਸਕਦੇ ਹੋ ਕਦੇ ਵੀ ਇੱਦਾਂ ਦੀ ਗੱਲ ਹੋਈ ਹੋਵੇ। ਪਰੰਤੂ ਅਸੀਂ ਨਹੀਂ ਚੱਲਣ ਦਿੰਦਾ ਉਹਨੂੰ, ਰੋਜ਼ ਕੰਟਰੋਵਰਸੀ ਆ। ਹੁਣ ਉਹਦੀ ਜਗ੍ਹਾ ਤੇ ਹੋਰ ਆ ਗਿਆ ਤਾਂ ਉਹਦੇ ਨਾਲ ਉਹੀ ਕੁਛ ਹੱਥ ਬਣਾ ਲਓ, ਐਵੇਂ ਨਾ ਕਰੋ। ਅਸੀਂ ਬੜੇ ਪਿਆਰ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਚਾਹੁੰਦੇ ਹਾਂ। ਮੈਂ ਤਾਂ ਕਦੇ ਅੱਜ ਤੱਕ ਕਦੇ ਖਾਲਿਸਤਾਨ ਦਾ ਕਿਸੇ ਤੋਂ ਨਾਂ ਨਹੀਂ ਸੁਣਿਆ ਵੀ ਆਹ ਬੰਦਾ ਖਾਲਿਸਤਾਨ ਨੂੰ ਜਾਂਦਾ। ਐਵੇਂ ਹੋਊਗਾ ਬਣਾ ਕੇ ਤੁਸੀਂ ਲੋਕਾਂ ਨੂੰ ਗੁਰਨਾਮ ਕਰੀ ਜਾਂਦੇ ਅਰਦੀ ਨੂੰ, ਜਿਹਦਾ ਥੋੜ੍ਹਾ ਮਸਲਾ ਹੈਗਾ ਬਹਿ ਕੇ ਨਵੇੜ ਲਓ। ਸਾਰੀ ਉਮਰ ਅਸੀਂ ਖਾਲੀ ਦੇਸ਼ ਦੇ ਲੇਖੇ ਲਾਤੇ। ਜਦ ਸਭ ਮੇਰੇ ਜਵਾਕ ਨੂੰ ਤੁਸੀਂ ਚੈਨਲਾਂ ਉੱਤੇ ਬਹਿ ਕੇ ਖਾਲਿਸਤਾਨੀ ਤੱਕ ਤਸਰੀ ਦੱਸੀ ਜਾਂਦੇ ਹੋ, ਇਹਨਾਂ ਨੂੰ ਸਰਕਾਰ ਨੂੰ ਮੈਂ ਅਪੀਲ ਕਰਦਾ, ਸੈਂਟਰ ਸਰਕਾਰ ਨੂੰ, ਇਹ ਜਿਹੜੇ ਇਹੋ ਜਿਹੇ ਤੱਤ ਸੋਸ਼ਲ ਮੀਡੀਆ ਤੇ, ਇਹਨਾਂ ਤੇ ਰੋਕ ਲਾਓ। ਕੋਈ ਇਹ ਖਾਮ ਖਾਸ ਸਮਾਜ ਦੇ ਵਿੱਚ ਨਫ਼ਰਤ ਫੈਲਾ ਰਹੇ ਨੇ। ਕਿਸੇ ਵੀ ਮੰਤਵ ਦਾ ਏਦਾਂ ਦਾ ਹੈ ਨਹੀਂ ਸਾਡਾ ਵੀ ਕੋਈ ਅਸੀਂ ਕਦੇ ਇੱਕ ਸ਼ਬਦ ਵੀ ਕਦੇ ਆਪਦੇ ਆਮ ਤੌਰ ਕਿਸੇ ਦੇ ਖਿਲਾਫ਼ ਬੋਲਿਆ ਹੋਵੇ। ਸਾਡੇ ਭਰਾ ਨੇ ਸਾਰੇ ਜੋ ਵੀ ਬਰਾਦਰੀਆਂ ਇੰਡੀਆ ਦੇ ਵਿੱਚ ਰਹਿੰਦੀਆਂ ਨੇ, ਸਾਡਾ ਤਾਂ ਕਦੇ ਕਿਸੇ ਨਾਲ ਪਲੇਸ ਨਹੀਂ ਹੋਏ, ਤਾਂ ਬੜੇ ਪਿਆਰ ਨਾਲ ਰਹਿ ਰਹੇ ਹਾਂ ਸਾਰੇ। ਤਾਂ ਇਹ ਚੰਦ ਵਿਅਕਤੀ ਕਿੱਥੋਂ ਆ ਗਏ ਜਿਹੜੇ ਇੰਨੀ ਆਗੂ ਬਣੀ ਜਾਂਦੇ ਨੇ? ਅੱਛਾ, ਅੱਜ ਦੀਆਂ ਜਿਹੜੀਆਂ ਦੋ ਚਾਰ ਗੱਲਾਂ ਮੇਰੇ ਧਿਆਨ ਦੇ ਵਿੱਚ ਸੀਗੀਆਂ, ਮੈਂ ਤੁਹਾਨੂੰ ਐਡਵਾਈਜ਼ਰੀ ਵਾਲੀ ਦੱਸਣੀ ਸੀ, ਸਰਕਾਰ ਦੀ ਪਾਲਸੀ ਕੀ ਕਹਿੰਦੀ ਹੈ ਔਰ ਹੋ ਕੀ ਰਿਹਾ। ਆਹ ਟਵਿੱਟਰ ਤੁਸੀਂ ਵੇਖ ਲਓ, ਐਨ ਆਈ ਏ ਜਿਹੜੀ ਉਹ ਮੋਸਟ ਵਾਂਟਡ ਦੇ ਵਿੱਚ ਉਸ ਵਿਅਕਤੀ ਦੀ ਫੋਟੋ ਆ ਰਹੀ ਹੈ, ਜਿਹੜਾ RC 33 RC 39 2023 ਜਵਾਈ ਦੇ ਜਿਹੜੇ ਮੁਕੱਦਮਿਆਂ ਦੇ ਵਿੱਚ। ਅਤੇ ਸਾਡੇ ਸੋਸ਼ਲ ਮੀਡੀਆ ਟਵਿੱਟਰ ਦੇ ਉੱਤੇ ਸੋਲੇ ਗਾਏ ਜਾ ਰਹੇ ਨੇ ਕੀ ਖੱਟਣਾ ਚਾਹੁੰਦੇ। ਇੱਕ ਪਾਸੇ ਤਾਂ ਹੋ ਜਾਓ, ਤੁਹਾਨੂੰ ਕੋਈ ਦਿੱਕਤ ਨਹੀਂ, ਤੁਹਾਨੂੰ ਚੰਗਾ ਲੱਗਦਾ, ਬੇਸ਼ੱਕ ਕਿਸੇ ਦੇ ਸਾਰੇ ਕੇਸ ਵਾਪਸ ਲਓ, ਵਧੀ ਕਰਦੇ ਹੋ ਤੁਸੀਂ, ਜਦ ਤੁਹਾਡਾ ਕੰਮ ਹੈ। ਅਸੀਂ ਨਹੀਂ ਆਪਣੀ ਜਿੱਤੀ ਰਹਿਦੇ, ਸਾਡੇ ਸਮਾਜ ਦੇ ਸਾਡੇ ਕਤਲ ਦੇ ਵਿੱਚ ਦੋਸ਼ੀ ਹੈ, ਅਸੀਂ ਜੀਤ ਤੱਕ ਆਪਣੀ ਲੜਾਈ ਲੜਾਂਗੇ ਔਰ ਦੋਸ਼ੀ ਸਾਬਤ ਕਰਕੇ ਦਿਖਾਵਾਂਗੇ ਤੁਹਾਨੂੰ ਕੀ ਕੀਤਾ। ਅਦਾਲਤਾਂ ਦੇ ਸਾਨੂੰ ਰੱਬ ਵਰਗਾ ਭਰੋਸਾ ਹੈ, ਠੀਕ ਹੈ, ਕੇਸ ਵਧਿਆ ਥੋੜ੍ਹਾ ਸਲੋ ਚੱਲਦਾ, ਪਰੰਤੂ ਇੱਕ ਦਿਨ ਆਪਾਂ ਜ਼ਰੂਰ ਮੰਜ਼ਿਲ 'ਤੇ ਪਹੁੰਚਾਂਗੇ। ਔਰ ਤੁਹਾਡੀਆਂ ਦੁਆਵਾਂ ਸਾਰੀਆਂ ਪਰਿਵਾਰ ਦੇ ਨਾਲ ਹੈ। ਤੁਸੀਂ ਮੇਰੀ ਤਾਕਤੋਂ, ਤੁਸੀਂ ਹੁਣ ਤੱਕ ਜਿੰਨਾ ਪਿਆਰ ਆਪਦੇ ਬੱਚੇ ਨੂੰ, ਆਪਦੇ ਭਰਾ ਨੂੰ ਦਿੱਤਾ, ਮੈਂ ਤੁਹਾਡਾ ਸਾਰਿਆਂ ਦਾ ਰਿਣੀ ਹਾਂ। ਇੰਨਾ ਪਿਆਰ ਮੈਂ ਅੱਜ ਤੱਕ ਆਪਣੇ 57 ਸਾਲ ਦੀ ਉਮਰ ਵਿੱਚ ਕਿਸੇ ਨੂੰ ਮਿਲਦਾ ਨਹੀਂ ਦੇਖਿਆ। ਅੱਜ 483 ਦਿਨ ਹੋ ਗਏ ਨੇ, ਪਰ ਹਰੇਕ ਸੰਡੇ ਦੇ ਅੰਦਰ ਤੁਹਾਡੀ ਭਰਮੀ ਗਿਣਤੀ ਕਾਫ਼ੀ ਕੁਛ ਸਰਕਾਰ ਨੂੰ ਵੀ ਦੱਸਦੀ ਹੈ, ਪਰੰਤੂ ਉਹ ਅੰਨੇ ਹੋਏ ਨੇ, ਸਮਝੌਤੇ ਕਰਦੇ ਫਿਰਦੇ ਆ, ਉਹਦੇ ਨਾਲ ਮੇਰੇ ਭੁਲੇਖ ਹੈ। ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ, ਮੇਰੀ ਤਾਕਤ ਤੁਸੀਂ ਹੋ, ਮੇਰੀ ਆਵਾਜ਼ ਤੁਸੀਂ ਹੋ, ਮੇਰੀ ਸਰਕਾਰ ਨੇ ਨਹੀਂ ਸੁਣੀ, ਅਦਾਲਤਾਂ ਸੁਣ ਰਹੀਆਂ ਨੇ, ਹੌਲੀ ਹੌਲੀ ਉਹਦੇ ਟਾਈਮ ਲੱਗਦਾ ਜਿਸ ਤਰ੍ਹਾਂ ਦਾ ਕੋਈ ਸਿਸਟਮ ਹੈ ਕੋਰਟ ਦਾ। ਪਰੰਤੂ ਤੁਹਾਡੇ ਕੋਲ ਇੱਕ ਪਾਵਰ ਹੈਗੀ ਹੈ, ਤੁਹਾਡੇ ਕੋਲ ਇਹ ਆਉਣਗੇ, ਇਹਨਾਂ ਨੂੰ ਦੱਸ ਦਿਓ ਸਿੱਧੂ ਸਾਡਾ ਪੁਰਾਣਾ ਨਹੀਂ ਹੋਇਆ, ਸਿੱਧੂ ਦਾ ਜਿਹੜਾ ਤੁਹਾਡੀ ਤਰੱਕੀ, ਤੁਹਾਡੇ ਮਨਸੂਬੇ ਜਵਾਹਰਕਿਆਂ ਦੇ ਮੋੜ ਤੇ ਖੜੇ ਨੇ, ਜਿੱਥੇ ਜੱਟ ਦਾ ਖੂਨ ਡੁੱਲਿਆ ਉਹਨੇ ਲਿਖਿਆ ਸੀਗਾ ਇਸ ਗੱਲ ਦੇ ਵਿੱਚ ਵੀ ਮੇਰਾ ਜਿੱਥੇ ਖੂਨ ਡੁੱਲਿਆ ਉਹਦੇ 'ਚ ਖੁਦਾਰੀ ਮਿਲੂਗੀ, ਵਫ਼ਾਦਾਰੀ ਮਿਲੂਗੀ, ਉਹਦਾ ਤੁਹਾਡੇ ਨਾਲ ਪਿਆਰ ਸੀ, ਤੁਹਾਡਾ ਆਪਣੇ ਕਲਚਰ ਨਾਲ ਪਿਆਰ ਸੀ, ਆਪਣੇ ਪੁਰਖਿਆਂ ਨਾਲ ਪਿਆਰ ਸੀ। ਉਹ ਜਿਹੜਾ ਬੇਦੋਸ਼ਾ ਖੁੱਲ੍ਹਿਆ ਉੱਥੇ, ਉਸ ਧਰਤੀ ਦਾ ਰੰਗ ਹਾਲੇ ਲਾਲ ਹੈ। ਇਹਨਾਂ ਹਾਕਮਾਂ ਨੂੰ ਦੱਸ ਦਿਓ ਉਹ ਫਿੱਕਾ ਨਹੀਂ ਪਿਆ, ਆਪਣੇ ਕੰਮ ਠੀਕ ਕਰ ਲਓ। ਦੋ ਨੌਜਵਾਨ ਹਾਲੇ ਮੋਰਚਨੀ ਦੇ ਪੇ ਵਿੱਚ ਸੰਸਕਾਰ ਉਡੀਕ ਰਹੇ ਹੈ, ਆਪਣਾ ਜਿਹੜਾ ਰਾਜ ਭਾਗ ਹੈ ਸਹੀ ਕਰ ਲਓ। ਰੋਜ਼ ਦੀਆਂ ਮੌਤਾਂ ਗਿਣਦੇ ਅਸੀਂ ਥੱਕ ਗਏ ਹਾਂ, ਸਾਨੂੰ ਨੌਜਵਾਨਾਂ ਦੀ ਲੋੜ ਹੈ। ਅਸੀਂ ਤੁਹਾਡਾ ਬਦਲਾਅ ਇਸ ਕਰਕੇ ਕੀਤਾ ਸੀ, ਕੋਈ ਚੱਜ ਦੀ ਗੱਲ ਸਾਡੇ ਹੱਕ ਦੀ ਗੱਲ ਕਰੋਗੇ, ਪਰ ਤੁਸੀਂ ਤਾਂ ਪਹਿਲਾਂ ਚੰਗਾ ਕਹਾਤਾ 2 ਸਾਲਾਂ ਦੇ ਵਿੱਚ ਹੀ। ਆਪਣੇ ਆਪ ਤੇ ਨਜ਼ਰ ਮਾਰ ਲਓ, ਆਪਣੀ ਪੀੜ੍ਹੀ ਦੇ ਥੱਲੇ ਕਿੰਨੇ ਮਸਲੇ ਹੋ ਗਏ, ਕੈਨੇਡਾ ਵਾਲਾ ਮਸਲਾ ਹੋ ਗਿਆ, ਲਾਇਨ ਆਰਟ ਦਾ ਮਸਲਾ ਹੋ ਗਿਆ, 99 ਚੁੱਪ ਨੇ, ਉੱਪਰੋਂ ਹਦਾਇਤ ਆ ਜਾਂਦੀ ਹੈ ਰਿਮੋਟ ਦੇ ਨਾਲ, ਤਾਂ ਕੋਈ ਬਿਆਨ ਦੇ ਦਿੰਦੇ ਨੇ। ਮੇਰੇ ਪੁੱਤ ਨੇ ਸਕਿਪ ਕੋਟ ਗਾਤਾ ਸੀ, 92 ਦੇ 92 ਦੇ ਚੀਕਾਂ ਮਾਰੀਆਂ ਸੀ, ਹਲੇ ਸਾਡਾ ਮੰਤਰੀ ਸਹੁੰ ਚੱਕ ਕੇ ਮਾਨਸਾ 'ਚ ਨਹੀਂ ਆਇਆ ਸੀ, ਭੀਖੀ ਉਹਦੇ ਨੇ ਕਿਹਾ ਅਸੀਂ ਸਿੱਧੂ ਦੇ ਪਰਚੇ ਖੋਲ ਦਿਓ। ਚਲੋ ਅਸੀਂ ਕੁਦਰਤੀ ਕਰੋਪੀ ਦੇ ਸ਼ਿਕਾਰ ਹੋ ਗਏ, ਜੇ ਹੁੰਦੇ ਤਾਂ ਤੁਸੀਂ ਮੁਕੱਦਮੇ ਦਰਜ ਕਰ ਲੈਂਦੇ ਤੇ ਅਸੀਂ ਤੁਹਾਨੂੰ ਜਵਾਬ ਦੇ ਕੇ ਦਿਖਾਉਂਦੇ, ਪਰ ਅਸੀਂ ਹਾਰੇ ਹਲੇ ਵੀ ਨਹੀਂ ਸਰਕਾਰੇ। ਅਸੀਂ ਆਪਣੇ ਹੱਕ ਸੱਚ ਦੇ ਉੱਤੇ ਲੜਾਂਗੇ, ਮੈਂ ਆਪਣੀ ਗੱਲ ਤੁਹਾਡੇ ਦਰ ਤੇ ਲੈ ਕੇ ਜਾਊਂਗਾ, ਤੁਸੀਂ ਰਿਜੈਕਟ ਕਰਦੇ ਹੋ ਚੁੱਪ ਕਰਕੇ ਆਪਦੇ ਘਰੇ। ਮੇਰਾ ਜ਼ੋਰ ਤੁਹਾਡੇ ਤੇ ਹੈ, ਮੇਰੀ ਅਪੀਲ ਤੁਹਾਡੇ ਚਰਨਾਂ 'ਚ ਹੈ, ਮੰਗਣੀ ਨਾ ਮੰਗਣੀ ਤੁਹਾਡਾ ਤੁਹਾਡਾ ਧਰਮ, ਕੰਪੈਲ ਨਹੀਂ ਕਰਦਾ ਕਿਸੇ ਨੂੰ, ਇਮੋਸ਼ਨਲੀ ਪ੍ਰੈਸ਼ਰ ਨਹੀਂ ਪਾਉਂਦਾ ਕਿਸੇ 'ਤੇ,
हाथ जोड़ के बेनती करता जो मेरे गुरु पीरा ने मैं निर्मलता का राह दस है उस दे मुताबिक तुहानू हालात सारे दस दिना है। ऐतबार मेरा बोलने का इको ही मकसद होंगे भी हो कुछ रहा है जिहड़ा साडा कातल है उन्हों हीरो बना रहा है साडा सोशल मीडिया साडे चैनल साड़ी कार्यपालिका साड़ियां जांच एजेंसियां उन्हों दोषी दस रही है उन्हें मुकदमे दर्ज कर दिए हैं उन्हों ड्रग्स उन्हों समगलर उन्हों भरोतियां का केड़ा जेड़ा दोष है जेड़ा उन्हें लग नहीं रहा सगो मेरे भी मैनू गैंगस्टर ना कहो भाई साढ़े वालों का जो बेटा ना ना होते सानू भी प्रॉब्लम नहीं है परंतु दोए मापदंड में करो एक पासे तुसी एडवाइजरियां जारी करो दूजे पासे एक कातल दे सोने का दो चीजां एक गल तुसी ध्यान दे विच रखनी है ये कर रहे ने आ मेरे कोल ट्विटर है मैं तुहानू फोटो दिखाउंदा जिहदे उत्ते लोकां ने जो सलाह है वह भी पिया है जो NIA दी रिपोर्ट है वह भी पिया दिखा के जाऊंगा मैं उही गल बोलता हूं जिहड़ी मेरे कोल इस गल का प्रूफ होवे सुनी सुनाई गल मैं कदे भी ऐलान नहीं करता फिर भी मैं कोई कमर्शियल बुलारा नहीं है मैंने दुखा ने मैं खत के फड़ाया कोई गल भाव को होया वध घट कह गया हो तुसी मैं तो सारे सियाने हो जो भी सुझा दोगे फोन पर दोगे मिलकर कहोगे सिर मत्थे है